अस्सलाम देसी टीवी पंजाबी दी मैं वजीर इलाद मरियम औरंगजेब ने वजर आजमत दिफा की तरफ तू भिजवाई गई समरी मौसूल होने की तस्दीक कर देती है। है दी है मरियम औरंगजेब ने बयान दता है कि वजारत दिफा की तरफ तू भिजवाई गई समरी वजीराजम ऑफिस तू मौसूल हो गई ਸਮਰੀ ਚੇਅਰਮੈਨ ਜੁਆਇੰਟ ਚੀਫਸ ਆਫ ਸਟਾਫ ਕਮੇਟੀ ਤੇ ਚੀਫ ਆਫ ਆਰਮੀ ਸਟਾਫ ਦੇ ਅਹੁਦਿਆਂ ਤੇ ਤਕਰਰੀ ਲਈ ਨਾਵਾਂ ਦਾ ਪੈਨਲ ਭਿਜਵਾ ਦਿੱਤਾ ਗਿਆ ਹੈ ਵਜ਼ੀਰ ਆਜ਼ਮ ਸ਼ਾਬਾਸ਼ ਸ਼ਰੀਫ ਮੁਤੈਨ ਤਰੀਕਾ ਕਾਰ ਦੇ ਮੁਤਾਬਕ ਇਹਨਾਂ ਤਾਇਨਾਤੀਆਂ ਤੋਂ ਮੁਤਲਕ ਫੈਸਲਾ ਕਰਨਗੇ ਜੀਐਚਕਿਊ ਨੇ 6 ਸੀਨੀਅਰ ਤਰੀਨ ਲੈਫਟੀਨੈਂਟ ਜਨਰਲਸ ਦੇ ਨਾਂ ਵਜ਼ਾਰਤ ਦੇ ਦਿਫਾਅ ਨੂੰ ਭਿਜਵਾ ਦਿੱਤੇ ਸਨ ਵਜ਼ੀਰ ਦਿਫਾ ਖਵਾਜਾ ਆਸਿਫ ਦੇ ਮੁਤਾਬਕ ਸਮਰੀ ਵਜ਼ੀਰ ਆਜ਼ਮ ਆਫਿਸ ਨੂੰ ਮੌਸੂਲ ਹੋ ਗਈ ਹੈ ਇਨਸ਼ਾਅੱਲਾ ਬਾਕੀ ਮਰਾਇਲ ਵੀ ਜਲਦ ਤੈ ਹੋ ਜਾਵਣਗੇ ਡੀਜੀਆਈਐਸਪੀਆਰ ਲੈਫਟੀਨੈਂਟ ਜਨਰਲ ਬਾਬਰ ਇਫਤਖਾਰ ਦੇ ਬਿਆਨ ਦੇ ਮੁਤਾਬਕ ਜੀਐਚਕਿਊ ਦੀ ਜਾਨਬ ਤੋਂ 6 ਸੀਨੀਅਰ ਤਰੀਨ ਲੈਫਟੀਨੈਂਟ ਜਨਰਲਸ ਦੇ ਨਾਮ ਵਜ਼ਾਰਤ ਦਿਫਾ ਨੂੰ ਭਿਜਵਾ ਦਿੱਤੇ ਗਏ ਨੇ ਜੀਐਚਕਿਊ ਦੀ ਸਮਰੀ ਦੀ ਰੋਸ਼ਨੀ ਚ ਨਵੇਂ ਆਰਮੀ ਚੀਫ ਤੇ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਕਮੇਟੀ ਦਾ ਤਕਰਰ ਕੀਤਾ ਜਾਵੇਗਾ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਜਸਟਿਸ ਆਮਿਰ ਫਾਰੂਕ ਨੇ ਪੀਟੀਆਈ ਦੀ ਜਾਨਬ ਤੋਂ ਪ੍ਰੇਡ ਗਰਾਊਂਡ ਵਿੱਚ ਇਮਰਾਨ ਖਾਨ ਦੇ ਹੈਲੀਕਾਪਟਰ ਨੂੰ ਉਤਰਨ ਦੀ ਇਜਾਜ਼ਤ ਦੇਣ ਤੋਂ ਮੁਤਲਕ ਕੇਸ ਵਿੱਚ ਰਿਮਾਰਕਸ ਦਿੱਤੇ ਨੇ ਕਿ ਹੈਲੀਪੈਡ ਸਰਵਿਸਿਜ਼ ਫਰਾਹਮ ਕਰਨਾ ਅਦਾਲਤ ਦਾ ਕੰਮ ਤੇ ਨਹੀਂ ਹੈ ਪੀਟੀਆਈ ਦੇ ਜਲਸੇ ਲਈ ਇਸਲਾਮਾਬਾਦ ਤੋਂ ਗੁਜ਼ਰਨ ਤੇ ਪ੍ਰੇਡ ਗਰਾਊਂਡ 'ਚ Imran Khan ਨੂੰ helicopter ਉਤਾਰਨ ਦੀ ਇਜਾਜ਼ਤ ਦੇਣ ਦੀ درخواست ਤੇ ਸਮਾਜ ਚੀਫ ਜਸਟਿਸ اسلام آباد ਹਾਈ ਕੋਰਟ ਦੀ ਸਰਪ੍ਰਾਈਜ਼ ਹੋਈ ਤਰੀਕ ਇਨਸਾਫ ਦੇ ਵਕੀਲ ਨੇ ਕਿਹਾ ਕਿ 26 ਨਵੰਬਰ ਲਈ PTI ਨੇ Rawalpindi 'ਚ ਜਲਸੇ ਦੀ ਕਾਲ ਦਿੱਤੀ ਹੈ ਜਿਸ ਤੇ ਚੀਫ ਜਸਟਿਸ ਆਮਰ ਫਾਰੂਕ ਨੇ ਕਿਹਾ ਕਿ ਤੁਹਾਡੀ ਇਸਤਦਾ ਹੈ ਕਿ ਮੈਂ ਉਹਨਾਂ ਨੂੰ ਹਦਾਇਤ ਦੇਵਾਂ ਕਿ ਜੋ ਮੈਂ ਨਹੀਂ ਦੇ ਸਕਦਾ ਇਹ ਇੰਤਜ਼ਾਮੀਆਂ ਦਾ ਕੰਮ ਹੈ ਤਾਰੀਕ ਇਨਸਾਫ ਦੇ ਵਕੀਲ ਦਾ ਕਹਿਣਾ ਸੀ ਕਿ ਚੇਅਰਮੈਨ ਪੀਟੀਆਈ ਹੈਲੀਕਾਪਟਰ ਤੇ ਇਸਲਾਮਾਬਾਦ ਆਉਣਗੇ ਇਸ ਦੀ ਵੀ ਇਜਾਜ਼ਤ ਮੰਗੀ ਹੈ ਜਸਟਿਸ ਆਮਰ ਫਾਰੂਕ ਨੇ ਪੁੱਛਿਆ ਤੇ ਫਿਰ ਹਾਈ ਕੋਰਟ ਇਸ ਵਿੱਚ ਕੀ ਕਰ ਸਕਦੀ ਹੈ ਹੈਲੀਕਾਪਟਰ ਸਰਵਿਸਿਜ਼ ਹਾਈ ਕੋਰਟ ਤੇ ਨਹੀਂ ਦੇ ਸਕਦੀ

तैनाती समरी सदरे मुमलिकत भिजवा दी गई है वजे आजम शबाज शरीफ की जानेब तू सदरे मुलिकत डॉक्टर आरिफ अलवी समरी भिजवाई गई है सदर की मंजूरी लई बाद हाजी गुलाम अली गवर्नर के पी के तायनात होमिया तुलमाए इस्लाम फेद के सरबराह मौलाना फजलुर रहमान ने हाजी गुलाम अली नामजद किया अवामी मुस्लिम लीग दे सरबराह शेख रशीद का कहना है कि तैनाती सारे नामिल करके ਇਦਾਰੇ ਨੇ ਦੂਰੰਦੇਸ਼ੀ ਦਾ ਸਬੂਤ ਦਿੱਤਾ ਹੈ ਸ਼ੇਖ ਰਸ਼ੀਦ ਦਾ ਬਿਆਨ ਇਹ ਕਹਿਣਾ ਸੀ ਕਿ ਤਾਇਨਾਤੀ ਲਈ ਸਮਰੀ ਆ ਗਈ ਹੈ ਤੇ ਸਾਰੇ ਨਾਂ ਸ਼ਾਮਿਲ ਕਰਕੇ इदारे ने दूरअेशी का सबूत दिता है उन्होंने कहा कि हूँ किसी की पसंद नापसंद नहीं मैरिट का सवाल होगा जो भी आर्मी चीफ आएगा वह सियासत तो दूर मुल्क ते अपने इदारे का वफादार होगा शेख रशीद का मजीद कहना सबाह हाल मुयश्यत सहारा देशिश करेगा नवाज शरीफ ने जिसनों भी तैनात किया उसी देडो कराटे किते ਪੁਲਿਸ ਸਿਕਿਉਰਿਟੀ ਫੋਰਸਸ ਤੇ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਬਨੂ ਰੀਜਨ ਦੇ ਮੁਸ਼ਤਰਕਾ ਆਪਰੇਸ਼ਨ ਦੇ ਦੌਰਾਨ ਮਤਲੂਬ ਦਹਿਸ਼ਤਗਰਦ ਹਲਾਕ ਹੋ ਗਿਆ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਇਤਲਾਹ ਤੇ ਥਾਣਾ ਨੋਰੰਗ ਤੇ ਗੋਰੀਵਾਲਾ ਦੇ ਕਰੀਬ ਸਰਹੱਦੀ ਇਲਾਕੇ 'ਚ ਆਪਰੇਸ਼ਨ ਕੀਤਾ ਗਿਆ ਜਿਸ ਦੇ ਦੌਰਾਨ ਦਹਿਸ਼ਤਗਰਦਾਂ ਦੇ ਨਾਲ ਫਾਇਰਿੰਗ ਦਾ ਤਬਾਦਲਾ ਹੋਇਆ ਜਿਸ ਵਿੱਚ ਮਤਲੂਬ ਦਹਿਸ਼ਤਗਰਦ ਹਲਾਕ ਹੋ ਗਿਆ ਤੇ ਸੀਟੀਡੀ ਦੇ ਮੁਤਾਬਕ ਹਲਾਕ ਦਹਿਸ਼ਤਗਰਦ ਦੀ شناخت ਵਹੀਦullah ਉਰਫ ਸਾਮਾ ਦੇ ਨਾਤ ਹੋਈ ਵਹੀਦullah ਹਾਲੀਆ دہشت ਗਰਦੀ ਦੇ ਵਾਕਿਆਤ ਵਿੱਚ ਮਤਲੂਬ ਸੀ ਉਸ ਨੂੰ ਅਸਲਾ ਤੇ ਐਮੂਨੀਸ਼ਨ ਵੀ ਬਰਾਮਦ ਹੋਇਆ ਹੈ ਹੁਣ ਤੱਕ ਇੰਨਾ ਹੀ ਮਜ਼ੀਦ ਖਬਰਾਂ ਤੇ ਅਪਡੇਟਸ ਲਈ ਸਾਡੇ ਨਾਲ ਰਹੋ ਜਾਂ ਫਿਰ ਵਿਜ਼ਿਟ ਕਰੋ ਸਾਡੀ ਵੈਬਸਾਈਟ desitvusa.com